ਹੈਲੋ ਸਟੂਡੈਂਟਸ ਵੈਲਕਮ ਹੈ ਤੁਹਾਡੇ ਸਾਰਿਆਂ ਦਾ ਤੁਹਾਡੇ ਇਸ ਆਪਣੇ ਚੈਨਲ ਸਟੱਡੀ ਪੁਆਇੰਟ 44 ਦੇ ਵਿੱਚ ਹਾਂਜੀ ਜਿਵੇਂ ਕਿ ਤੁਹਾਨੂੰ ਸਾਰੇ ਵਿਦਿਆਰਥੀਆਂ ਨੂੰ ਪਤਾ ਹੈ ਆਪਾਂ 88 5994 ਪੇਪਰ A ਪੰਜਾਬੀ ਨੂੰ ਟਾਰਗੇਟ ਰੱਖਦੇ ਹੋਏ ਟੌਪਿਕ ਵਾਈਜ਼ ਐਮਸੀਕਿਊ ਦੀ ਸੀਰੀ ਸ਼ੁਰੂ ਕੀਤੀ ਹੋਈ ਹੈ ਅੱਜ ਦੀ ਆਪਾਂ ਵੀਡੀਓ ਦੇ ਵਿੱਚ ਕਹਾਣੀ ਕਰ ਕੁਲਵੰਤ ਸਿੰਘ ਬਿਰਕ ਅਤੇ ਅਜੀਤ ਕੌਰ ਤਾਂ ਇਹਨਾਂ ਦੇ ਰਿਲੇਟਡ ਜਿੰਨੇ ਵੀ ਆਪਣੇ ਕੋਲ ਮਹੱਤਵਪੂਰਨ MCQ ਬਣ ਕੇ ਉਹ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਐਂਡ ਜੇਕਰ ਤੁਸੀਂ ਆ ਆਪਣੇ ਇਸ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਹੀ ਬੈਲ ਆਈਕਨ ਤੇ ਜ਼ਰੂਰ ਪ੍ਰੈਸ ਕਰ ਲਵੋ ਤਾਂ ਜੋ ਅੱਗੇ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ-ਟਾਈਮ ਮਿਲਦਾ ਰਹੇ ਇਸ ਤਰ੍ਹਾਂ ਬਹ ਇਸ ਜਿਹੜੀ ਪੀਡੀਐਫ ਹੈ ਤੁਹਾਨੂੰ ਆਪਣੇ ਵਟਸਐਪ ਗਰੁੱਪ ਦੇ ਵਿੱਚ ਪ੍ਰੋਵਾਈਡ ਕੀਤੀ ਜਾਵੇਗੀ ਵਟਸਐਪ ਗਰੁੱਪ ਦੀ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਪ੍ਰੋਵਾਈਡ ਕੀਤੀ ਹੋਈ ਹੈ ਉੱਥੇ ਤੁਸੀਂ ਵਿਜ਼ਿਟ ਕਰੋ ਤਾਂ ਜੁਆਇਨ ਕਰ ਲੈਣਾ ਵਟਸਐਪ ਗਰੁੱਪ ਨੂੰ ਉੱਥੇ ਤੁਹਾਨੂੰ ਇਸ ਦੀ ਜਿਹੜੀ ਪੀਡੀਐਫ ਹੈ ਉਹ ਵੀ ਪ੍ਰੋਵਾਈਡ ਕਰਵਾ ਦਿੱਤੀ ਜਾਵੇਗੀ ਐਂਡ ਪੁਰਾਣੀਆਂ ਵੀਡੀਓਜ਼ ਦੇਖਣ ਦੇ ਲਈ ਯਾਨੀ ਕਿ ਜਿਹੜੇ ਆਪਾਂ ਟੌਪਿਕ ਕਵਰ ਕਰ ਚੁੱਕੇ ਹਾਂ ਇੱਕਰ ਤੁਸੀਂ ਉਹ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਦੀ ਤੁਸੀਂ ਪਲੇਲਿਸਟ ਚੈੱਕ ਕਰਕੇ ਦੇਖ ਸਕਦੇ ਹੋ ਬਾਕੀ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਪ੍ਰੋਵਾਈਡ ਕੀਤੀ ਹੋਈ ਹੈ ਤਾਂ ਉਹਨਾਂ ਵੀਡੀਓਜ਼ ਨੂੰ ਵੀ ਜੋ ਐਗਜ਼ਾਮ 'ਚ ਤੁਹਾਡੀ ਹੈਲਪ ਹੋ ਸਕੇ ਸੋ ਹੁਣ ਆਪਾਂ ਟਾਈਮ ਨੂੰ ਵੇਸ ਨਾ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤਾਂ ਆਪਣੇ ਹੁਣ ਤੱਕ 98 ਜਿਹੜੇ ਕੁਸ਼ਨ ਹਨ ਉਹ ਕਵਰ ਹੋ ਚੁੱਕੇ ਹਨ ਜਿੰਨਾ ਵੀ ਤੁਹਾਨੂੰ ਮੈਂ ਡਾਟਾ ਕਵਰ ਕਰਾ ਰਿਹਾ ਤਾਂ ਇਹਦੇ ਵਿੱਚੋਂ ਹੀ ਤੁਹਾਡਾ ਜਿਹੜਾ ਪੇਪਰ ਹੈ ਪੁੱਛਿਆ ਜਾਵੇਗਾ ਤਾਂ 99 ਨੰਬਰ ਆਪਣਾ ਕੁਸ਼ਨ ਹੈ ਕੁਲਵੰਤ ਸਿੰਘ ਬਿਰਕ ਦਾ ਜਿਹੜਾ ਜਨਮ ਹੈ ਇਹ ਕਦੋਂ ਹੋਇਆ ਸੀਗਾ 1928 25 21 ਜਾਂ 31 ਸੋ ਇਹਦਾ ਜਿਹੜਾ ਸਹੀ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਸੀ ਯਾਨੀ ਕਿ 1921 ਕੁਲਵੰਤ ਸਿੰਘ ਵਿਰਕ ਦਾ ਜਿਹੜਾ ਜਨਮ ਹੈ ਇਹ ਕਦੋਂ ਹੋਇਆ ਸੀ ਇਹ ਹੋਇਆ ਸੀ 1921 ਦੇ ਵਿੱਚ ਸੀ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਇੱਥੇ ਤੁਸੀਂ ਪ੍ਰੋਪਰ ਡੇਟ ਦੇਖ ਸਕਦੇ ਹੋ 21 ਮਾਰਚ 1921 ਦੇ ਵਿੱਚ ਨੈਕਸਟ ਜਨਮ ਸਥਾਨ ਜੇਕਰ ਪੁੱਛ ਲਿਆ ਜਾਵੇ ਤਾਂ ਪੇਪਰ ਵਿੱਚ ਤੁਸੀਂ ਆਨਸਰ ਟਿਕ ਕਰਕੇ ਆਉਣਾ ਪਿੰਡ ਫੁੱਲ ਰਵ ਜ਼ਿਲ੍ਹਾ ਸ਼ੇਖਪੁਰਾ ਜੋ ਕਿ ਪਾਕਿਸਤਾਨ ਦੇ ਵਿੱਚ ਪੈਂਦਾ ਹੈ ਨੈਕਸਟ ਪਿਤਾ ਦਾ ਨਾਮ ਸੀਗਾ ਆਸਾ ਸਿੰਘ ਐਂਡ ਮਾਤਾ ਦਾ ਨਾਮ ਸੀਗਾ ਈਸ਼ਰ ਕੌਰ ਵੈਸੇ ਜਿਆਦਾ ਮਹੱਤਵਪੂਰਨ ਨਹੀਂ ਹਨ ਪਰ ਤੁਸੀਂ ਜਨਮ ਸਥਾਨ ਜਿਹੜਾ ਹੈ ਇਹ ਯਾਦ ਰੱਖਣਾ ਐਂਡ ਜਿਹੜਾ ਕੁਲਵੰਤ ਸਿੰਘ ਵਿਰਕ ਦਾ ਜਿਹੜਾ ਜਨਮ ਹੈ ਇਸ ਦੀ ਜਿਹੜੀ ਡੇਟ ਹੈ ਇਹ ਵੀ ਤੁਸੀਂ ਯਾਦ ਰੱਖਣੀ ਹੈ ਠੀਕ ਹੈ ਮਾਤਾ ਪਿਤਾ ਦਾ ਨਾਮ ਬਹੁਤ ਘੱਟ ਪੌਸਿਬਿਲਿਟੀ ਰਹੇਗੀ ਪੇਪਰ ਵਿੱਚ ਆਉਣ ਦੀ ਕਿਉਂਕਿ ਤੁਸੀਂ ਖੁਦ ਦੇਖੋ ਕਿੰਨੇ ਆਪਣੇ ਕੋਲ ਕਵੀ ਬਣ ਜਾਂਦੇ ਹਨ ਠੀਕ ਹੈ ਕਾਣੀਕਾਰ ਹੋ ਗਿਆ ਵਾਰਤਕ ਹੋ ਗਿਆ ਨਾਵਲਕਾਰ ਹੋ ਗਿਆ ਇਕਾਂਗੀਕਾਰ ਹੋ ਗਿਆ ਬਹੁਤ ਸਾਰਾ ਆਪਣੇ ਕੋਲ ਕਵੀ ਜਿਹੜੇ ਬਣ ਜਾਂਦੇ ਨੇ ਇਸ ਕਰਕੇ ਜਿਹੜੇ ਮਾਤਾ ਪਿਤਾ ਦਾ ਨਾਮ ਹੈ ਉਹ ਪੇਪਰ ਵਿੱਚ ਨਹੀਂ ਪੁੱਛਿਆ ਜਾਵੇਗਾ ਨੇ ਪੁਆਇੰਟ ਆਪਣੇ ਕੋਲ ਪੇਪਰ ਚ ਪੁੱਛ ਜਾਣਗੇ ਜਿਹੜੇ ਮਹੱਤਵਪੂਰਨ ਹੋਣਗੇ ਤਾਂ ਹੁਣ ਆਪਾਂ ਨੈਕਸਟ ਮੂਵ ਕਰਦੇ ਹਾਂ 100 ਨੰਬਰ ਆਪਣਾ ਕੁਸ਼ਣ ਹੈਗਾ ਗੁਰਵੰਤ ਸਿੰਘ ਵਿਰਕ ਨੂੰ ਕਿਸ ਨੇ ਪੰਜਾਬੀ ਕਹਾਣੀਆਂ ਦਾ ਬਾਦਸ਼ਾਹ ਕਿਹਾ ਸੀਗਾ ਅਜੀਤ ਕੌਰ ਨਵਤੇਜ ਸਿੰਘ ਸੁਜਾਨ ਸਿੰਘ ਜਾਂ ਬ੍ਰਿਯਾਮ ਸੰਧੂ ਸੋ ਕੁਲਵੰਤ ਸਿੰਘ ਜਿਹੜਾ ਵਿਰਕ ਹੈ ਤਾਂ ਇਸ ਨੂੰ ਪੰਜਾਬੀ ਕਹਾਣੀਆਂ ਦਾ ਬਾਦਸ਼ਾਹ ਕਿਸ ਨੇ ਕਿਹਾ ਸੀ ਤਾਂ ਪੇਪਰ ਵਿੱਚ ਤੁਸੀਂ ਆਨਸਰ ਟਿਕ ਕਰਕੇ ਆਉਣਾ ਹੈ ਅਜੀਤ ਕੌਰ ਅਜੀਤ ਕੌਰਨੇ ਕੁਲਵੰਤ ਸਿੰਘ ਵਿਰਕ ਨੂੰ ਪੰਜਾਬੀ ਕਹਾਣੀਆਂ ਦਾ ਜਿਹੜਾ ਬਾਦਸ਼ਾਹ ਕਿਹਾ ਸੀ ਤਾਂ ਇਹ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਏ ਹਾਂਜੀ ਨੈਕਸਟ ਆਪਾਂ ਮੂਵ ਕਰਦੇ ਹਾਂ ਕੁਲਵੰਤ ਸਿੰਘ ਵਿਰਕ ਦਾ ਸਭ ਤੋਂ ਪਹਿਲਾ ਕਹਾਣੀ ਸੰਗ੍ਰਹਿ ਕਿਹੜਾ ਸੀਗਾ ਸ਼ਾਹਬੇਲਾ ਤੂੜੀ ਦੀ ਪੰਡ ਨਵੇਂ ਲੋਕਾਂ ਦਾ ਦੁੱਤ ਦਾ ਛੱਪੜ ਸੋ ਇਹਦਾ ਜਿਹੜਾ ਕਰੈਕਟ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ A ਯਾਨੀ ਕਿ ਸ਼ਾ ਵਿਲਾ ਸ਼ਾ ਵਿਲਾ ਜਿਹੜਾ ਕਹਾਣੀ ਸੰਗ੍ਰਹਿ ਹੈ ਤਾਂ ਇਹ ਕੁਲਵੰਤ ਸਿੰਘ ਵਿਰਕ ਦਾ ਸਭ ਤੋਂ ਪਹਿਲਾ ਕਹਾਣੀ ਸੰਗ੍ਰਹਿ ਮੰਨਿਆ ਜਾਂਦਾ ਹੈ ਇਹ ਬਿਲਕੁਲ ਸਹੀ ਆਨਸਰ ਬਣੇਗਾ ਜੋ ਕਿ 1950 ਦੇ ਵਿੱਚ ਛਪਿਆ ਸੀਗਾ ਸੋ ਤੁਸੀਂ ਰੇਟ ਵੀ ਯਾਦ ਰੱਖ ਸਕਦੇ ਹੋ ਯਾਨੀ ਕਿ ਸਾਨੂੰ ਜਿਹੜਾ ਆਪਣੇ ਕੋਲ ਮੈਂਸ਼ਨ ਕੀਤਾ ਵੈ 1950 ਦੇ ਵਿੱਚ ਛਪਿਆ ਸੀ ਸ਼ਾ ਵਿਲਾ ਕੁਲਵੰਤ ਸਿੰਘ ਵਿਰਕ ਦਾ ਸਭ ਤੋਂ ਪਹਿਲਾ ਕਹਾਣੀ ਸੰਗ੍ਰਹਿ ਠੀਕ ਹੈ ਇਹ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਜੈਸੇ ਤੁਹਾਨੂੰ ਪੀਡੀਐਫ ਵੀ ਪ੍ਰੋਵਾਈਡ ਕੀਤੀ ਜਾਵੇਗੀ WhatsApp ਗਰੁੱਪ ਦੇ ਵਿੱਚ ਲਿੰਕ ਤੁਸੀਂ ਜਿਹੜੀ ਆ ਜੁਆਇਨ ਕਰਨੀ ਆ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਪ੍ਰੋਵਾਈਡ ਕੀਤੀ ਹੋਈ ਆ ਤਾਂ ਗਰੁੱਪ ਨੂੰ ਤੁਸੀਂ ਜ਼ਰੂਰ ਜੁਆਇਨ ਕਰਨਾ ਉੱਥੇ ਤੋਂ ਪਿਛਲੀਆਂ ਵੀ ਪੀਡੀਐਫ ਉਹ ਵੀ ਦੁਬਾਰਾ ਜਿਹੜੀਆਂ ਪ੍ਰੋਵਾਈਡ ਕਰਵਾ ਦਿੱਤੀਆਂ ਜਾਣਗੀਆਂ ਐਂਡ ਜਿਹੜੀ ਅੱਜ ਦੀ ਵੀਡੀਓ ਅਪਲੋਡ ਕੀਤੀ ਜਾ ਰਹੀ ਹੈ ਇਹਦੀ ਵੀ ਪੀਡੀਐਫ ਜਿਹੜੀ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਜਾਵੇਗੀ ਪੀਡੀਐਫ ਨੂੰ ਜੇਕਰ ਤੁਸੀਂ ਵਾਰ-ਵਾਰ ਰੀਡ ਕਰੋਗੇ ਤਾਂ ਹੀ ਤੁਸੀਂ ਚੀਜ਼ਾਂ ਨੂੰ ਯਾਦ ਰੱਖ ਸਕੋਗੇ ਨੈਕਸਟ ਆਪਾਂ ਦੇਖਦੇ ਹਾਂ ਹਾਂਜੀ ਕਲਵੰਤ ਵਿਰਕ ਨੂੰ ਕਿਹੜੇ ਕਹਾਣੀ ਸੰਗ੍ਰਹਿ ਦੇ ਲਈ 1968 ਵਿੱਚ ਪਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ ਸੀ ਸੋ ਆਪਸ਼ਨ ਤੁਹਾਡੇ ਸਾਹਮਣੇ ਹਨ ਇਹ ਕੁਸ਼ਣ ਬਹੁਤ ਜ਼ਿਆਦਾ ਮਹੱਤਵਪੂਰਨ ਰਹੇਗਾ ਐਗਜ਼ਾਮ ਦੇ ਪੁਆਇੰਟ ਆਫ View ਤੋਂ ਕਿਉਂਕਿ ਜਿੱਥੇ ਸਾਹਿਤ ਅਕਾਦਮੀ ਵਾਰ ਦੀ ਗੱਲ ਕੀਤੀ ਜਾਵੇ ਉਹ ਕੁਸ਼ਣ ਹਮੇਸ਼ਾ ਹੀ ਮਹੱਤਵਪੂਰਨ ਰਹੇਗਾ ਕਦੋਂ ਮਿਲਿਆ ਸੀ 1968 ਦੇ ਵਿੱਚ ਤਾਂ ਇਹ ਮਿਲਿਆ ਸੀਗਾ ਆਪਣੇ ਕੋਲ ਆਪਸ਼ਨ ਨੰਬਰ ਸੀ ਯਾਨੀ ਕਿ ਨਵੇਂ ਲੋਕ ਨਵੇਂ ਲੋਕ ਜਿਹੜਾ ਇਹਨਾਂ ਦਾ ਕਹਾਣੀ ਸੰਗ੍ਰਹਿ ਹੈ ਤਾਂ ਇਹਦੇ ਲਈ ਕਲਵੰਤ ਸਿੰਘ ਵਿਰਕ ਨੂੰ 1968 ਦੇ ਵਿੱਚ ਪਾਰਤੀ ਸਹਾਇਤ ਅਕਾਦਮੀ ਪੁਰਸਕਾਰ ਦੇ ਨਾਮ ਸਨਮਾਨਿਤ ਕੀਤਾ ਗਿਆ ਸੀ ਸੀ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਹਾਂਜੀ ਜੇਕਰ ਵੀਡੀਓ ਹੈਲਪਫ ਲੱਗ ਰਹੀ ਤਾਂ ਪਲੀਜ਼ ਇੱਕ ਵਾਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਐਂਡ ਲਾਈਕ ਵੀ ਕਰ ਦਿਓ ਐਂਡ ਕਮੈਂਟ ਬਾਕਸ ਵਿੱਚ ਤੁਸੀਂ ਜ਼ਰੂਰ ਦੱਸਣਾ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਨੈਕਸਟ ਆਪਾਂ ਦੇਖਦੇ ਹਾਂ ਹਾਂਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਕਹਾਣੀ ਸੰਗ੍ਰਹਿ ਕੁਲਵੰਤ ਵਿਰਕਦਾ ਹੈ ਦੁਆਦਸ਼ੀ ਗੋਲਾ ਅਸਤਬਾਜੀ ਜਾਂ ਉਪਰੋਕਤ ਸਾਰੇ ਸੋ ਇਹਦਾ ਜਿਹੜਾ ਸਹੀ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਡੀ ਯਾਨੀ ਕਿ ਉਪਰੋਕਤ ਸਾਰੇ ਇਹ ਜਿਹੜਾ ਆਪਣੇ ਕੋਲ ਕਹਾਣੀ ਸੰਗ੍ਰਹਿ ਦਿੱਤੇ ਹੋਇਆ ਹਨ ਦੋਆਦਸ਼ੀ ਹੋ ਗਿਆ ਠੀਕ ਹੈ ਗੋਲਾ ਹੋ ਗਿਆ ਤੇ ਅਸਤਬਾਜੀ ਇਹ ਸਾਰੇ ਕਹਾਣੀ ਸੰਗ੍ਰਹਿ ਕੁਲਵੰਤ ਸਿੰਘ ਵਿਰਕ ਦੇ ਹਨ ਹੋਰ ਆਪਾਂ ਦੇਖ ਲੈਂਦੇ ਆ ਕਹਾਣੀ ਸੰਗ੍ਰਹਿ ਠੀਕ ਹੈ ਮੈਂਸ਼ਨ ਕੀਤੇ ਹੋਏ ਹਨ ਸਾਰੇ ਤੁਸੀਂ ਯਾਦ ਰੱਖਣੇ ਹਨ ਇੱਕ ਵਾਰ ਤੁਸੀਂ ਰੀਡ ਕਰਨਾ ਇੱਕ ਤੋਂ ਦੋ ਵਾਰ ਉੱਪਰੋਂ ਉੱਪਰੋਂ ਤੁਹਾਨੂੰ ਯਾਦ ਹੋ ਜਾਏਗਾ ਜਦੋਂ ਆਪਸ਼ਨ ਤੁਹਾਡੇ ਸਾਹਮਣੇ ਹੋਵੇਗੀ ਤਾਂ ਤੁਸੀਂ ਆਨਸਰ ਸਹੀ ਟਿਕ ਕਰ ਸਕਦੇ ਹੋ ਹੋਰ ਕਹਾਣੀ ਸੰਗ੍ਰਹਿ ਕਿਹੜੇ-ਕਿਹੜੇ ਹਨ ਇੱਕ ਕਿ ਹਮ ਬਾਰਿਕ ਨਵੇਂ ਲੋਕ ਠੀਕ ਹੈ ਮੇਰੀਆਂ ਸਾਰੀਆਂ ਕਹਾਣੀਆਂ ਦੁੱਧ ਦਾ ਛੱਪੜ ਧਰਤੀ ਤੇ ਆਕਾਸ਼ ਤੂੜੀ ਦੀ ਪੱਡ ਤੇ ਸ਼ਾਵਿਲਾ ਇੱਥੇ ਮੈਂ ਤੁਹਾਨੂੰ ਮਹੱਤਵਪੂਰਨ ਦੱਸਦਾ ਜਿਹੜੀਆਂ ਤੁਸੀਂ ਯਾਦ ਰੱਖਣੀਆਂ ਨੇ ਇੱਕ ਤੁਸੀਂ ਯਾਦ ਰੱਖਣੀਆਂ ਨਵੇਂ ਲੋਕ ਠੀਕ ਹੈ ਇੱਕ ਤੁਸੀਂ ਯਾਦ ਰੱਖਣੀਆਂ ਦੁੱਧ ਦਾ ਛੱਪੜ ਤੇ ਇੱਕ ਤੁਸੀਂ ਯਾਦ ਰੱਖਣੀਆਂ ਸ਼ਾਵਿਲਾ ਇਹ ਤਿੰਨੋਂ ਜਿਹੜੇ ਕਹਾਣੀ ਸੰਗ੍ਰਹਿ ਹਨ ਏਕੇ ਦੇ ਹਨ ਕੁਲਵੰਤ ਸਿੰਘ ਬ੍ਰਿਕਦੇ ਇਹ ਤਿੰਨੋਂ ਹੀ ਮਹੱਤਵਪੂਰਨ ਹਨ ਤਿੰਨਾਂ ਨੂੰ ਤੁਸੀਂ ਧਿਆਨ ਵਿੱਚ ਜ਼ਰੂਰ ਰੱਖਣਾ ਹੈ ਠੀਕ ਹੈ ਡੀ ਬਿਲਕੁਲ ਸਹੀ ਆਨਸਰ ਬਣੇਗਾ ਨੈਕਸਟ ਪਾਸ਼ਾ ਵਿਭਾਗ ਪੰਜਾਬ ਦੁਆਰਾ ਕਿਹੜੇ ਕਾਣੀ ਸੰਗ੍ਰਹਿ ਲਈ ਸਨਮਾਨਿਤ ਕੀਤਾ ਗਿਆ ਸੀਗਾ ਕੁਲਵੰਤ ਸਿੰਘ ਬਿਰਕ ਨੂੰ ਕੁਲਵੰਤ ਸਿੰਘ ਬਿਰਕ ਦੀ ਇੱਥੇ ਗੱਲ ਕੀਤੀ ਜਾ ਰਹੀ ਹੈ ਸੋ ਪਾਸ਼ਾ ਵਿਭਾਗ ਪੰਜਾਬ ਦੁਆਰਾ ਕਿਹੜੇ ਕਹਾਣੀ ਸੰਗ੍ਰਹਿ ਲਈ ਸਨਮਾਨਿਤ ਕੀਤਾ ਗਿਆ ਸੀ ਤਾਂ ਪੇਪਰ ਵਿੱਚ ਤੁਸੀਂ ਆਨਸਰ ਟਿੱਕ ਕਰਕਾਉਣਾ ਹੈ ਦੁੱਧ ਦਾ ਛੱਪੜ ਸੀ ਬਿਲਕੁਲ ਸਹੀ ਆਨਸਰ ਬਣੇਗਾ ਦੁੱਧ ਦੁੱਧ ਦਾ ਛੱਪੜ ਕਦੋਂ ਸਨਮਾਨਿਤ ਕੀਤਾ ਗਿਆ ਸੀ 1959 ਦੇ ਵਿੱਚ ਡੇਟ ਬੱਸ ਜਿਆਦਾ ਮਹੱਤਵਪੂਰਨ ਨਹੀਂ ਹੈ ਬਟ ਕਹਾਣੀ ਸੰਗ੍ਰਹਿ ਪੁੱਛਿਆ ਜਾ ਸਕਦਾ ਹੈ ਪੇਪਰ ਦੇ ਵਿੱਚੋਂ ਕਿ ਕੁਲਵੰਤ ਸਿੰਘ ਵਿਰਕ ਨੂੰ ਪੰਜਾਬ ਪਾਸ਼ਾ ਵਿਭਾਗ ਦੁਆਰਾ ਕਦੋਂ ਸੌਰੀ ਕਿਹੜੇ ਕਹਾਣੀ ਸੰਗ੍ਰਹਿ ਲਈ ਸਨਮਾਨਿਤ ਕੀਤਾ ਗਿਆ ਸੀ ਤਾਂ ਪੇਪਰ ਵਿੱਚ ਆਨਸਰ ਟਿੱਕ ਕਰਕਾਉਣਾ ਹੈ ਦੁੱਧ ਦਾ ਛੱਪੜ ਨੈਕਸਟ ਨੈਕਸਟ ਆਪਣਾ ਕੁਐਸਚਨ ਦਿੱਤਾ ਗਿਆ 8 ਲਿਖਿਆਂ ਦੇ ਵਿੱਚੋਂ ਕਿਹੜੀ ਕਹਾਣੀ ਕਲਵੰਤ ਵਿਰਕਦੀ ਆ ਤਰਤੀ ਹੇਠਲਾ ਬਲਦ ਠੀਕ ਹੈ ਸ਼ੇਰਨੀਆਂ ਕੁਦੇਸੀ ਜਾਂ ਉਪਰੋਕਤ ਸਾਰੇ ਸੋ ਤੁਹਾਨੂੰ ਪਤਾ ਹੋਵੇਗਾ ਤਰਤੀ ਹੇਠਲਾ ਬਲਦ ਇਹ ਤਾਂ ਵੈਸੇ ਹੀ ਹਰੇਕ ਵਿਦਿਆਰਥੀ ਨੂੰ ਪਤਾ ਹੋਵੇਗਾ ਆਪਾਂ ਪੜ੍ਹੀ ਹੋਈ ਆ ਕਹਾਣੀ ਤਾਂ ਡੀ ਇੱਥੇ ਸਹੀ ਆਨਸਰ ਬਣੇਗਾ ਉਪਰੋਕਤ ਸਾਰੇ ਠੀਕ ਹੈ ਤਰਤੀ ਹੇਠਲਾ ਬਲਦ ਹੋ ਗਿਆ ਸ਼ੇਰਨੀਆਂ ਤੇ ਕੁਦੇਸੀ ਇਹ ਸਾਰੀਆਂ ਜਿਹੜੀਆਂ ਕਹਾਣੀਆਂ ਕਹਾਣੀਆਂ ਹਨ ਕੀ ਦੀਆਂ ਹਨ ਕਲਵੰਤ ਵਿਰਕਦੀਆਂ ਹਨ ਠੀਕ ਹੈ ਤਾਂ ਡੀ ਇੱਥੇ ਸਹੀ ਆਨਸਰ ਬਣੇਗਾ ਹੋਰ ਆਪਾਂ ਕੁਝ ਕਹਾਣੀਆਂ ਦੇਖ ਲੈਂਦੇ ਹਾਂ ਠੀਕ ਹੈ ਹੋਰ ਕਹਾਣੀ ਕਿਹੜੀ ਕਰਨ ਜਿਵੇਂ ਇੱਕ ਕਸ਼ਟ ਨਿਵਾਰਨ ਹੋਗੀ ਦਾਤ ਹੋਗੀ ਪੌਣਾ ਆਦਮੀ ਹੋਗੀ ਇੱਕਸ ਕੇ ਹਮਬਾਰਿਕ ਕੁੱਤਾ ਤੇ ਹੱਡੀ ਖੱਬਲ ਓਪਰੀ ਤਰਤੀ ਉਜਾੜ ਚਾਚਾ ਠੀਕ ਹੈ ਇਸ ਤਰ੍ਹਾਂ ਦਾ ਮਾਸਟਰ ਪੋਲਾ ਰਾਮ ਸੋ ਇਹ ਕੁਝ ਮਹੱਤਵਪੂਰਨ ਕਹਾਣੀਆਂ ਹਨ ਇਹਨਾਂ ਨੂੰ ਤੁਸੀਂ ਯਾਦ ਵਿੱਚ ਰੱਖ ਸਕਦੇ ਹੋ ਬੱਸ ਜਿਆਦਾ ਰੀਡ ਕਰਨ ਦੀ ਲੋੜ ਵੀ ਨਹੀਂ ਹੈਗੀ ਫਿਰ ਵੀ ਤੁਸੀਂ ਜੇਕਰ ਯਾਦ ਕਰਨੀ ਹੈ ਤਾਂ ਕਰ ਵੀ ਸਕਦੇ ਹੋ ਤਰਤੀ ਹੇਟਲਾ ਜਿਹੜਾ ਬਲਦ ਹੈ ਇਹ ਤਾਂ ਵੈਸੇ ਹਰੇਕ ਵਿਦਿਆਰਥੀ ਨੂੰ ਪਤਾ ਹੁੰਦਾ ਕਿਉਂਕਿ ਆਪਾਂ ਪੜ੍ਹੀ ਹੋਈ ਹੈ ਅਕਲਮੰਤ ਵਿਰਕ ਦੀ ਹੈ ਤਰਤੀ ਹੇਟਲਾ ਬਲਦ ਇਹ ਤਾਂ ਤੁਸੀਂ ਪੱਕਾ ਯਾਦ ਰੱਖਣੀ ਹੈ ਤਾਂ ਹੁਣ ਆਪਾਂ ਨੈਕਸਟ ਮੂਵ ਕਰਦੇ ਹਾਂ ਵਿਰਕ ਦੀ ਕਿਹੜੀ ਕਹਾਣੀ ਦੇਸ਼ ਦੀ ਵੰਡ ਨਾਲ ਸੰਬੰਧਤ ਹੈ ਠੀਕ ਹੈ ਵਿਰਕ ਦੀ ਕਿਹੜੀ ਕਹਾਣੀ ਹੈ ਨਾ ਵਿੱਚੋਂ ਦੇਸ਼ ਦੀ ਵੰਡ ਦੇ ਨਾਲ ਸੰਬੰਧਤ ਹੈ ਖੱਬਲ ਮੁਰਦੇ ਦੀ ਤਾਕਤ ਸ਼ਾਹ ਵਿਲਾਜਾਂ ਉਜਾੜ ਸੋ ਵਿਰਕ ਦੀ ਜਿਹੜੀ ਕਹਾਣੀ ਖੱਬਣ ਹੈ ਇਹ ਦੇਸ਼ ਦੀ ਮੰਡ ਦੇ ਨਾਲ ਸੰਬੰਧਤ ਹੈ ਇਹ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਏ ਇੱਥੇ ਆਪਸ਼ਨ ਦੇ ਸਾਹਮਣੇ ਆਪਾਂ ਆਨਸਰ ਟਿਕ ਕਰਨਾ ਸੀਗਾ ਤਾਂ ਏ கரਕਟ ਆਨਸਰ ਬਣ ਜਾਵੇਗਾ ਨੈਕਸਟ ਕੁਲਵੰਤ ਸਿੰਘ ਵਿਰਕ ਦੀ ਕਿਹੜੀ ਕਹਾਣੀ ਮਾਨਵਤਾ ਨੂੰ ਪੇਸ਼ ਕਰਦੀ ਹੈ ਨਵੇਂ ਲੋਕ ਦਾਤ ਦੁੱਧ ਦਾ ਛੱਪੜ ਜਾਂ ਤਰਤੀ ਹੇਠਲਾ ਬਲਦ ਸੋ ਕੁਲਵੰਤ ਸਿੰਘ ਵਿਰਕ ਦੀ ਜਿਹੜੀ ਕਹਾਣੀ ਹੈ ਮਾਨਵਤਾ ਨੂੰ ਕਿਹੜੀ ਪੇਸ਼ ਕਰਦੀ ਹੈ ਤਾਂ ਡੀ ਬਿਲਕੁਲ ਸਹੀ ਆਨਸਰ ਬਣੇਗਾ ਤਰਤੀ ਹੇਠਲਾ ਬਲਦ ਤਰਤੀ ਹੇਠਲਾ ਜਿਹੜਾ ਬਲਦ ਹੈ ਇਹ ਕਹਾਣੀ ਮਾਨਵਤਾ ਨੂੰ ਪੇਸ਼ ਕਰਦੀ ਹੈ ਤਾਂ ਡੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਡੀ ਦੁੱਧ ਦਾ ਛੱਪੜ ਜਿਹੜਾ ਕਹਾਣੀ ਹੈ ਇਹ ਪਿੰਡੂ ਮਹੌਲ ਨੂੰ ਉਜਾਗਰ ਕਰਦੀ ਹੈ ਠੀਕ ਹੈ ਪਿੰਡੂ ਮਹੌਲ ਨੂੰ ਉਜਾਗਰ ਕਰਦੀ ਹੈ ਦੁੱਧ ਦਾ ਛੱਪੜ ਕਹਾਣੀ ਨੈਕਸਟ ਪਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਸਹਾਇਤਕਰ ਵਜੋਂ ਕੁਲਵੰਤ ਬਿਰਕ ਨੂੰ ਕਦੋਂ ਸਨਮਾਨਿਤ ਕੀਤਾ ਗਿਆ ਸੀਗਾ 1980 1990 1950, so, 1985 ਜਾਂ 1988 ਸੋ ਇਹਦਾ ਜਿਹੜਾ ਸਹੀ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਸੀ ਯਾਨੀ ਕਿ 1985 1985 ਦੇ ਵਿੱਚ ਪਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਸਹਾਇਤਕਰ ਮੈਡਾ ਪ੍ਰਸ਼ਕਾਰ ਹੈ ਇਹ ਦਿੱਤਾ ਗਿਆ ਸੀਗਾ ਕੁਲਵੰਤ ਬਿਰਕ ਨੂੰ ਸੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਸੀ ਜਿੰਨਾ ਵੀ ਮੈਂ ਤੁਹਾਨੂੰ ਡਾਟਾ ਕਰਾ ਰਹਾ ਠੀਕ ਹੈ ਇਹਨਾਂ ਬਹੁਤ ਹੈ ਜੇਕਰ ਤੁਸੀਂ ਇਹਨਾਂ ਕਵਰ ਕਰ ਲੈਂਦੇ ਹੋ ਤਾਂ ਮੈਂ ਤੁਹਾਨੂੰ ਗਰੰਟੀ ਦੇ ਸਕਦਾ ਕਿ ਜਿਹੜਾ ਤੁਹਾਡਾ ਪੇਪਰ ਹੈ ਉਹ ਪਾਸ ਜ਼ਰੂਰ ਹੋ ਜਾਵੇਗਾ 100 ਵਿੱਚੋਂ ਮਾਨ ਲੀਕ ਚਲੋ ਤੁਹਾਨੂੰ 80 ਕੁਐਸਚਨ ਜਿਹੜੇ ਹਨ ਉਹ ਮਿਲ ਜਾਣਗੇ ਠੀਕ ਹੈ ਵਿਦ ਗ੍ਰਾਮਰ ਵੀ ਆਪਾਂ ਕਰਾਂਗੇ ਵਿਆਕਰਨ ਦਾ ਜਿਹੜਾ ਪਾਰਟ ਹੈ ਲਾਸਟ ਦਿੱਤਾ ਵਾ ਉਹ ਵੀ ਆਪਾਂ ਇੱਕ ਇੱਕ ਹੀ ਵੀਡੀਓ ਅਪਲੋਡ ਕਰਾਂਗੇ ਮੈਰਾਥਨ ਠੀਕ ਹੈ 2 2ਾਈ ਘੰਟੇ ਦੀ ਕਲਾਸ ਹੋ ਗਈ ਜੇਕਰ ਤੁਸੀਂ ਉਸ ਨੂੰ ਪੂਰਾ ਕਵਰ ਕਰ ਲੈਂਦੇ ਹੋ ਇਸ ਤੋਂ ਇਲਾਵਾ ਜਿਹੜੀ ਆਪਣੇ ਟੌਪਿਕ ਦੂਸਰੇ ਮੈਂਸ਼ਨ ਕੀਤੇ ਹੋਣਾ ਕਾਣੀਕਰ ਹੋ ਗਿਆ ਤਾਂ ਇਹਨਾਂ ਨੂੰ ਵੀ ਨਾਲ ਕਵਰ ਕਰ ਲੈਂਦੇ ਹੋ ਤਾਂ ਜਿਹੜਾ ਲਗਭਗ 80 ਪਲੱਸ ਨੰਬਰਾਂ ਦਾ ਕੰਮ ਹੈ ਤੁਹਾਨੂੰ ਆਪਣੀਆਂ ਵੀਡੀਓਜ਼ ਦੇ ਵਿੱਚੋਂ ਹੀ ਮਿਲ ਜਾਵੇਗਾ ਠੀਕ ਹੈ 80 ਪਲੱਸ ਨੰਬਰ ਦਾ 50 ਨੰਬਰ ਆਪਾਂ ਲੈਣੇ ਆ ਪਾਸ ਹੋਣ ਲਈ ਯਾਨੀ ਕਿ ਟੈਸਟ ਨੂੰ ਕੁਆਲੀਫਾਈ ਕਰਨ ਦੇ ਲਈ ਉੱਥੇ ਨੰਬਰ ਮੈਂਸ਼ਨ ਨਹੀਂ ਕੀਤੇ ਹੋਣਗੇ ਜਦੋਂ ਤੁਹਾਡਾ ਟੈਸਟ ਦਾ ਰਿਜ਼ਲਟ ਆਵੇਗਾ ਉੱਥੇ ਸਿਰਫ ਲਿਖਿਆ ਹੋਵੇਗਾ ਕੁਆਲੀਫਾਈ ਠੀਕ ਹੈ ਨੰਬਰ ਤੁਹਾਡੇ ਦੂਸਰੇ ਪੇਪਰ ਦੀ ਮੈਂਸ਼ਨ ਹੋਣਗੇ ਦੁੱਧ ਦਾ ਛੱਪੜ ਕਹਾਣੀ ਸੰਗ੍ਰਹਿ ਕਦੋਂ ਛਪਿਆ ਸੀਗਾ 1987 1970 1957 ਜਾਂ 1960 ਤਾਂ ਇਹਦਾ ਜਿਹੜਾ ਸਹੀ ਆਨਸਰ ਬਣੇਗਾ ਉਹ ਬਣੇਗਾ 1957 1957 ਦੇ ਵਿੱਚ ਦੁੱਧ ਦਾ ਛੱਪੜ ਜਿਹੜਾ ਕਹਾਣੀ ਸੰਗ੍ਰਹਿ ਹੈ ਇਹ ਛਪਿਆ ਸੀ ਸੀ ਬਿਲਕੁਲ ਸਹੀ ਆਨਸਰ ਬਣੇਗਾ ਉਹ ਆਪਸ਼ਨ ਨੰਬਰ ਸੀ ਇੱਕ ਨਮਾ ਤੁਹਾਨੂੰ ਹੋਰ ਪੁਆਇੰਟ ਦੱਸਦਾ ਇੱਥੇ ਮੈਂਸ਼ਨ ਕੀਤਾ ਵੈ ਕੁਲਵੰਤ ਸਿੰਘ ਵਿਰਕ ਨੇ ਇਹ ਫਾਇਰਵੈਲ ਟੂ ਆਰਮਜ਼ ਠੀਕ ਹੈ ਦਾ ਅਨੁਵਾਦ ਸ਼ਾਸਤਰਾਂ ਤੋਂ ਵਿਦਾਇਗੀ ਸਿਰਲੇਖ ਅਧੀਨ ਕੀਤਾ ਸੀਗਾ ਠੀਕ ਹੈ ਇਹ ਫਾਇਰਵੈਲ ਟੂ ਆਰਮਜ਼ ਇਹ ਜਿਹੜੀ ਬੁੱਕ ਹੈ ਇੰਗਲਿਸ਼ ਬੁੱਕ ਹੈ ਠੀਕ ਹੈ ਤਾਂ ਇਹਦਾ ਜਿਹੜਾ ਅਨੁਵਾਦ ਕੀਤਾ ਸੀ ਕੁਲਵੰਤ ਸਿੰਘ ਵਿਰਕ ਨੇ ਸ਼ਾਸਤਨਾ ਤੋਂ ਵਿਧਾਈ ਗਈ ਸਿਰਲੇਖ ਦੇ ਅਧੀਨ ਠੀਕ ਹੈ ਇਹਦਾ ਸਿਰਲੇਖ ਸੀਗਾ ਸ਼ਾਸਤਨਾ ਤੋਂ ਵਿਧਾਈ ਗਈ ਸੋ ਇਹ ਜਿਹੜਾ ਪੁਆਇੰਟ ਇਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਇਸ ਨੂੰ ਤੁਸੀਂ ਇਲਾਕਤੋਂ ਨੋਟ ਜ਼ਰੂਰ ਕਰ ਲੈਣਾ ਮੈਨੂੰ ਲੱਗਿਆ ਕਿ ਮਹੱਤਵਪੂਰਨ ਹੈ ਇਗਜ਼ਾਮ ਦੇ ਪੁਆਇੰਟ ਆਫ View ਤੋਂ ਇਸ ਕਰਕੇ ਮੈਂ ਤੁਹਾਨੂੰ ਕਰਾ ਰਿਹਾ ਤਾਂ ਇਸ ਨੂੰ ਤੁਸੀਂ ਯਾਦ ਵੀ ਜ਼ਰੂਰ ਰੱਖਣਾ ਹੈ ਸ਼ਾਸਤਨਾ ਤੋਂ ਵਿਧਾਈ ਗਈ ਇਹ ਫਾਇਰਵਾਲ ਟੂ ਆਰਮਸ ਨੈਕਸਟ ਆਪਾਂ ਦੇਖਦੇ ਹਾਂ ਹਾਂਜੀ ਅੱਗੇ ਆਪਣੇ ਕੋਲ ਆ ਗਿਆ ਅਜੀਤ ਕੌਰ ਕੁਲਵੰਤ ਸਿੰਘ ਵਿਰਕ ਨਾਲ ਸੰਬੰਧਿਤ ਜਿੰਨੇ ਵੀ ਮੱਧਪੁਰ ਕੋਸ਼ਿਸ਼ ਮੰਦੇ ਸਨ ਉਹ ਆਪਾਂ ਡਿਸਕਸ ਕਰ ਚੁੱਕੇ ਹਾਂ ਹੁਣ ਆਪਾਂ ਕਵਰ ਕਰਾਂਗੇ ਅਜੀਤ ਕੌਰ ਅਜੀਤ ਕੌਰ ਦਾ ਜਨਮ ਐ ਇਹ ਕਦੋਂ ਹੋਇਆ ਸੀ 1925 1924 1934 ਜਾਂ 1955 ਸੋ ਇਹਦਾ ਜਿਹੜਾ ਸਹੀ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਸੀ ਯਾਨੀ ਕਿ 1934 1934 ਦੇ ਵਿੱਚ ਅਜੀਤ ਕੌਰ ਦਾ ਜਨਮ ਹੋਇਆ ਹੈ ਤਾਂ ਸੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਸੀ ਨੈਕਸਟ ਜਨਮ ਸਥਾਨ ਕਿਹੜਾ ਹੈ ਲਾਹੌਰ ਇਸ ਤੋਂ ਲਵਾ ਪਿਤਾ ਦਾ ਨਾਮ ਸੀਗਾ ਸਰਦਾਰ ਮੱਖਣ ਸਿੰਘ ਤੇ ਮਾਤਾ ਦਾ ਨਾਮ ਸੀਗਾ ਜਸਵੰਤ ਕੌਰ ਠੀਕ ਹੈ ਜਨਮ ਸਥਾਨ ਯਾਦ ਰੱਖਣਾ ਹੈ ਵਿਦ ਜਨਮ ਡੇਟ ਵੀ ਤੁਸੀਂ ਯਾਦ ਰੱਖਣੀ ਹੈ ਆਪਸ਼ਨ ਸੀ ਰਹੇਗਾ 1934 ਨੈਕਸਟ ਅਜੀਤ ਕੌਰ ਦਾ ਜਿਹੜਾ ਜਨਮ ਹੈ ਕਿੱਥੇ ਹੋਇਆ ਸੀ ਅੰਮ੍ਰਿਤਸਰ ਪਿਸ਼ਾਵਰ ਲਾਹੌਰ ਜਾਂ ਮੁਲਤਾਨ ਸੋ ਅਜੀਤ ਕੌਰ ਦਾ ਜਿਹੜਾ ਜਨਮ ਹੈ ਇਹ ਹੋਇਆ ਹੈ ਲਾਹੌਰ ਦੇ ਵਿੱਚ ਸੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਸੀ ਇਹ ਤਾਂ ਮੈਂ ਤੁਹਾਨੂੰ ਕਹਾਈ ਚੁੱਕਿਆ ਪਰ ਫਿਰ ਵੀ ਤੁਸੀਂ ਧਿਆਨ ਵਿੱਚ ਜ਼ਰੂਰ ਰੱਖਣਾ ਹੈ ਨੈਕਸਟ ਨੈਕਸਟ ਆਪਣਾ ਕੁਐਸਚਨ ਹੈ ਅਜੀਤ ਕੌਰ ਦੀ ਪਹਿਲੀ ਕਹਾਣੀ ਕਿਹੜੀ ਮੰਨੀ ਜਾਂਦੀ ਹੈ ਠੀਕ ਹੈ ਆਹ ਕੁਐਸਚਨ ਤਾਂ ਤੁਸੀਂ ਪੱਕਾ ਹੀ ਰਟ ਕੇ ਜਾਣਾ ਪੇਪਰ ਦੇ ਵਿੱਚ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਰਹੇਗਾ ਸਾਰੇ ਸਟੈਟਿਕ ਕੁਐਸਚਨਾਂ ਨੂੰ ਇਸ ਕਰਕੇ ਤੁਸੀਂ ਯਾਦ ਰੱਖਣੇ ਹੋਣਗੇ ਠੀਕ ਹੈ ਇਹਦੇ ਵਿੱਚ ਕੋਈ ਥਿਊਰੀ ਦਾ ਕੰਮ ਨਹੀਂ ਹੈਗਾ ਵੈਸੇ ਇਸ ਕਰਕੇ ਮੈਂ ਤੁਹਾਨੂੰ ਡਾਇਰੈਕਟ ਐਮਸੀਕਿਊ ਕਰਾ ਰਿਹਾ ਹਾਂ एमसीक्यू ਦਾ ਇਹ ਫਾਇਦਾ ਹੁੰਦਾ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਪੇਪਰ ਵਿੱਚ ਕਿੱਦਾਂ ਦਾ ਕੁਸ਼ਨ ਬਣ ਸਕਦਾ ਹੈ ਕਿਸ ਟਾਈਪ ਦਾ ਕੁਸ਼ਨ ਆ ਸਕਦਾ ਹੈ ਇਹ ਆਪ ਨੂੰ ਫਾਇਦਾ ਹੁੰਦਾ ਐਮਸੀਕਿਊ ਲਗਾਉਣ ਦਾ ਬਟ ਜੇਕਰ ਥਿਊਰੀ ਪਹਿਲਾਂ ਰੀਡ ਕੀਤੀ ਤਾਂ ਬਹੁਤ ਵਧੀਆ ਗੱਲ ਹੈ ਥਿਊਰੀ ਨਹੀਂ ਵੀ ਰੀਡ ਕੀਤੀ ਵੀ ਤਾਂ ਫਿਰ ਵੀ ਤੁਹਾਨੂੰ ਇਹਦੇ ਵਿੱਚ ਹੀ ਤੁਹਾਡੀ ਥਿਊਰੀ ਜਿਹੜੀ ਹੈਗੀ ਆ ਉਹ ਕਵਰ ਹੋ ਰਹੀ ਆ ਤਾਂ ਇਹਦਾ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਡੀ ਯਾਨੀ ਕਿ ਇੱਕ ਮੁਲਾਕਾਤ ਅਜੀਤ ਕੌਰ ਦੀ ਜਿਹੜੀ ਪਹਿਲੀ ਕਹਾਣੀ ਮੰਨੀ ਜਾਂਦੀ ਹੈ ਉਹ ਮੰਨੀ ਜਾਂਦੀ ਹੈ ਇੱਕ ਮੁਲਾਕਾਤ ਡੀ ਬਿਲਕੁਲ ਸਹੀ ਸਹੀ ਆਨਸਰ ਬਣੇਗਾ ਠੀਕ ਹੈ ਇਹ ਕਹਾਣੀ 1948 ਵਿੱਚ ਬੀਏ ਕਰਨ ਦੌਰਾਨ ਲਿਖੀ ਗਈ ਸੀ ਅਜੀਤ ਕੌਰ ਜਦੋਂ ਬੀਏ ਕਰ ਰਹੀ ਸਨ ਤਾਂ ਉਸ ਸਮੇਂ 1948 ਦੇ ਵਿੱਚ ਇਹ ਕਹਾਣੀ ਲਿਖੀ ਗਈ ਸੀ ਅਜੀਤ ਕੌਰ ਦੁਆਰਾ ਤਾਂ ਡੀ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਇੱਕ ਮੁਲਾਕਾਤ ਨੈਕਸਟ ਆਪਾਂ ਦੇਖਦੇ ਹਾਂ ਕੁਐਸਚਨ ਅਜੀਤ ਕੌਰ ਦੇ ਕਿਹੜੇ ਕਹਾਣੀ ਸੰਗ੍ਰਹਿ ਦਾ ਅਨੁਵਾਦ 14 ਪਿਛਾਵਾਂ ਦੇ ਵਿੱਚ ਹੋ ਚੁੱਕਿਆ ਹੁਣ ਤੱਕ ਆਪਣੇ ਆਪਣੇ ਜੰਗਲ ਬੁੱਧ ਸ਼ਿਕਣ ਮਹਿਕ ਦੀ ਮੌਤ ਜਾਂ ਸੂਲੀ ਤੇ ਲੱਗਦੇ ਪਲ ਠੀਕ ਹੈ ਇਹ ਆਪਣੇ ਕੋਲ ਲਟਕਦੇ ਇਤਿਹਾਸ ਆਵੇਗਾ ਨਟਕਦੇ ਤਾਂ ਇੱਥੇ ਸਹੀ ਆਨਸਰ ਬਣੇਗਾ অপਸ਼ਨ ਨੰਬਰ ਡੀ یعنی ਕਿ ਸੂਲੀ ਤੇ ਲਟਕਦੇ ਪਲ ਡੀ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਠੀਕ ਹੈ ਡੀ ਇੱਥੇ கரੈਕਟ ਆਨਸਰ ਬਣ ਜਾਵੇਗਾ অপਸ਼ਨ ਨੰਬਰ ਟੀ ਇਹਦਾ ਜਿਹੜਾ ਜਿਹੜਾ ਕਾਣੀ ਸੰਗ੍ਰਹਿ ਇਹਦਾ ਹੁਣ ਤੱਕ ਨਵਾ ਦੇ 14 ਪਿਛਾਵਾਂ ਦੇ ਵਿੱਚ ਹੋ ਚੁੱਕਿਆ ਨੈਕਸਟ ਅਜੀਤ ਕੌਰ ਦੀ ਕਿਹੜੀ ਸਵੈ ਜੀਵਨੀ ਦੇ ਕਾਰਨ 1985 ਵਿੱਚ ਭਾਰਤੀ ਸਹਿਤ ਅਕਾਦਮੀ ਵੱਲੋਂ ਸਨਮਾਨਿਤ ਕੀਤਾ ਗਿਆ ਸੀਗਾ ਇਹ ਆਪਣੇ ਕੋਲ ਕੁਐਸਚਨ ਪੁੱਛਿਆ ਗਿਆ ਖਾਣਾ ਬਦੋਸ਼ ਕੂੜਾ ਕਬਾੜਾ ਉਪਰੋਕਤ ਦੋਨਾਂ ਜਾਂ ਕੋਈ ਨਹੀਂ ਪਹਿਲਾਂ ਤਾਂ ਤੁਸੀਂ ਇਹ ਗੱਲ ਯਾਦ ਰੱਖਣੀ ਹੈ ਅਜੀਤ ਕੌਰ ਦੀ ਜਿਹੜੀ ਸਵੈ ਜਿਵਣੀ ਹੈ ਉਹ ਖਾਣਾ ਬਦੋਸ਼ ਵੀ ਹੈ ਤੇ ਕੂੜਾ ਕਬਾੜਾ ਵੀ ਹੈ ਠੀਕ ਹੈ ਇਹ ਪਾਗ ਨੰਬਰ 2 ਹੈ ਇਹ ਪਾਗ ਨੰਬਰ ਕਿੰਨਾ ਹੈ 2 ਹੈ ਤੇ ਇਹ ਆਪਣੇ ਕੋਲ ਪਾਗ ਨੰਬਰ 1 ਹੈ ਠੀਕ ਹੈ ਪਾਗ ਨੰਬਰ 1 ਤਾਂ ਦੋਨੋਂ ਇਸ ਸਵੈ ਜੀਵਨੀ ਨਾਲ ਆਪਣੇ ਕੋਲ ਕੁਸ਼ਨ ਪੁੱਛਿਆ ਗਿਆ ਜੀਤ ਕੌਰ ਦੀ ਉਹ ਕਿਹੜੀ ਸਵੈ ਜੀਵਨੀ ਹੈ ਜਿਸ ਦੇ ਕਾਰਨ ਇਹਨਾਂ ਨੂੰ 1985 ਦੇ ਵਿੱਚ ਪਾਰਤੀ ਸਹਾਇਤ ਅਕਾਦਮੀ ਵੱਲੋਂ ਸਨਮਾਨਿਤ ਕੀਤਾ ਗਿਆ ਹੈ ਤਾਂ ਆਨਸਰ ਪੇਪਰ ਦੇ ਵਿੱਚ ਟਿਕ ਕਰਕੇ ਆਉਣਾ ਹੈ ਆਪਸ਼ਨ ਨੰਬਰ ਐ ਯਾਨੀ ਕਿ ਖਾਣਾ ਬਦੋਸ਼ ਆਹ ਕੁਸ਼ਨ ਪੱਕਾ ਹੀ ਇਗਜ਼ਾਮ ਦੇ ਵਿੱਚ ਆ ਸਕਦਾ ਹੈ ਸੋ ਧਿਆਨ ਵਿੱਚ ਤੁਸੀਂ ਜ਼ਰੂਰ ਰੱਖਣਾ ਹੈ ਜਿਹੜੇ ਮੈਂ ਤੁਹਾਨੂੰ ਵੈਰੀ ਵੈਰੀ ਇੰਪੋਰਟ ਕਹਿ ਰਿਹਾ ਉਹਨਾਂ ਨੂੰ ਤੁਸੀਂ ਪੱਕਾ ਯਾਦ ਰੱਖਣਾ ਹੈ ਉਹ ਕੁਸ਼ਨ ਆਉਣ ਦੀ ਪੋਸਿਬਿਲਿਟੀ ਜ਼ਿਆਦਾ ਰਹੇਗੀ ਨੈਕਸਟ 8 ਲਿਖਾਂ ਦੇ ਵਿੱਚੋਂ ਕਿਹੜੀ अजीत कौर ਦੀ ਸਵੈ ਜੀਵਨੀ ਆ ਪਹਿਲਾਂ ਹੀ ਤੁਹਾਨੂੰ ਦੱਸ ਚੁੱਕਿਆ ਹਾਂ ਤੂਆਂ ਤੂਆਂ ਸਮਾਨ ਹੋਕੇ ਦੀ ਹਨੇਰੀ ਤਕੀਦ ਦਾ ਪੀਰ ਜਾਂ ਕੋੜਾ ਕਵਾੜਾ ਸੋ ਇਹਦਾ ਜਿਹੜਾ ਸਹੀ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਡੀ ਯਾਨੀ ਕਿ ਕੋੜਾ ਕਵਾੜਾ ਕੋੜਾ ਕਵਾੜਾ ਜਿਹੜੀ ਆ ਆਪਣੇ ਕੋਲ ਹੈਗੀ ਆ ਇਹ ਸਵੈ ਜੀਵਨੀ ਆ अजीत कौर ਦੀ ਟੀ ਬਿਲਕੁਲ ਸਹੀ ਆਨਸਰ ਬਣੇਗਾ ਇੱਕ ਆ ਖਾਨਾ ਬਦੋਸ਼ ਨੈਕਸਟ ਆਪਾਂ ਦੇਖਦੇ ਹਾਂ ਕੁਐਸਚਨ ਅਜੀਤ ਕੌਰ ਦਾ ਪਹਿਲਾ ਕਹਾਣੀ ਸੰਗ੍ਰਹਿ ਕਿਹੜਾ ਮੰਨਿਆ ਜਾਂਦਾ ਹੈ ਜਾਂ ਇਹਨਾਂ ਦਾ ਪਹਿਲਾ ਕਹਾਣੀ ਸੰਗ੍ਰਹਿ ਕਿਹੜਾ ਸੀਗਾ ਗੁਲਬਾਨੋ ਬੁੱਤ ਸ਼ਿਕਨ ਮਹਿਕ ਦੀ ਮੌਤ ਜਾਂ ਨਾ ਮਾਰੋ ਸੋ ਇਹਦਾ ਜਿਹੜਾ ਸਹੀ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਇਹਨ ਕੀ ਗੁਲਬਾਨੋ ਗੁਲਬਾਨੋ ਜਿਹੜਾ ਇਹ ਅਜੀਤ ਕੌਰ ਦਾ ਪਹਿਲਾ ਕਹਾਣੀ ਸੰਗ੍ਰਹਿ ਮੰਨਿਆ ਜਾਂਦਾ ਹੈ ਇਹ ਬਿਲਕੁਲ ਸਹੀ ਆਨਸਰ ਬਣੇਗਾ ਕਦੋਂ ਛਪਿਆ ਸੀ 1963 ਦੇ ਵਿੱਚ ਇਸ ਪੁਆਇੰਟ ਨੂੰ ਵੀ ਤੁਸੀਂ ਯਾਦ ਵਿੱਚ ਜ਼ਰੂਰ ਰੱਖਣਾ ਹੈ ਬਾਕੀ ਪੀਡੀਐਫ ਤਾਂ ਤੁਹਾਨੂੰ ਪ੍ਰੋਵਾਈਡ ਕਰਵਾ ਹੀ ਦਿੱਤੀ ਜਾਵੇਗੀ ਵਾਰ-ਵਾਰ ਪੀਡੀਐਫ ਨੂੰ ਰੀਡ ਕਰੋ ਸਾਰਾ ਡਾਟਾ ਜਿਹੜਾ ਤੁਹਾਨੂੰ ਯਾਦ ਹੋ ਜਾਵੇਗਾ ਨੈਕਸਟ ਆਪਾਂ ਦੇਖਦੇ ਹਾਂ ਅਜੀਤ ਕੌਰ ਨੂੰ ਬਾਬਾ ਬਲੀ ਅਵਾਰਡ ਨਾਲ ਕਦੋਂ ਸਨਮਾਨਿਤ ਕੀਤਾ ਗਿਆ ਸੀਗਾ 1980 1999 1986 ਜਾਂ 1990 ਸੋ ਵਾਲੇ ਕੀਤੀ ਗਈ ਹੈ अजीत कौर ਨੂੰ ਬਾਬਾ ਬਲੀ ਵਾਰਡ ਨਾਲ ਕਦੋਂ ਸਨਮਾਨਿਤ ਕੀਤਾ ਗਿਆ ਸੀ ਆਨਸਰ ਪੇਪਰ ਵਿੱਚ ਟਿਕ ਕਰਕੇ ਆਉਣਾ ਹੈ 1986 ਦੇ ਵਿੱਚ ਸੀ ਬਿਲਕੁਲ ਸਹੀ ਆਨਸਰ ਬਣੇਗਾ ਜਿਆਦਾ ਮਹੱਤਵਪੂਰਨ ਨਹੀਂ ਹੈ ਯਾਦ ਕਰਨਾ ਹੋਵੇ ਤਾਂ ਕਰ ਵੀ ਸਕਦੇ ਹੋ ਸੀ ਇੱਥੇ ਸਹੀ ਆਨਸਰ ਬਣੇਗਾ ਨੈਕਸਟ अजीत कौर ਨੂੰ ਮਿਲੇ ਮਾਣ ਸਨਮਾਨ ਕਿਹੜੇ-ਕਿਹੜੇ ਹਨ ਪੰਜਾਬ ਪੰਜਾਬ ਸਰਕਾਰ ਦਾ ਸ਼੍ਰੋਮਣੀ ਅਤੇ ਸਰਕਾਰ ਆਵੇਗਾ ਟਾਈਪਿੰਗ ਮਿਸਟੇਕ ਹੈ ਪੰਜਾਬ ਸਰਕਾਰ ਦਾ ਸ਼੍ਰੋਮਣੀ ਸਹਿਯਤ ਪੁਰਸਕਾਰ 1979 ਵਿੱਚ ਮਿਲਿਆ ਸੀਗਾ ਠੀਕ ਹੈ ਨੈਕਸਟ ਜੇਕਰ ਆਪਾਂ ਗੱਲ ਕਰੀਏ ਪੰਜਾਬੀ ਕਾਦਮੀ ਦਿੱਲੀ ਦਾ ਸਾਹਿਤ ਪੁਰਸਕਾਰ 1983 ਦੇ ਵਿੱਚ ਕਰਤਾਰ ਸਿੰਘ ਤਾਲੀਵਾਰ ਨੂੰ ਪੁਰਸਕਾਰ ਮਿਲਿਆ ਸੀ 1990 ਦੇ ਵਿੱਚ ਇਸ ਤੋਂ ਇਲਾਵਾ ਭਾਰਤੀ ਪਾਸ਼ਾ ਪਰਿਸ਼ਦ ਕਲਕੱਤਾ ਵੱਲੋਂ ਪੁਰਸਕਾਰ 1999 ਦੇ ਵਿੱਚ ਮਿਲਿਆ ਹੈ ਸੋ ਇਹ ਕੁਝ ਮੱਤਾਪੁਰ ਨੂੰ ਪੁਰਸਕਾਰ ਸਨ ਇਹਨਾਂ ਨੂੰ ਤੁਸੀਂ ਧਿਆਨ ਵਿੱਚ ਜ਼ਰੂਰ ਰੱਖਣਾ ਹੈ ਖਾਸ ਕਰਕੇ ਆਪਣੇ ਕੋਲ ਫਰਸਟ ਐਂਡ ਸੈਕੰਡ ਇਹਨਾਂ ਦੋਨਾਂ ਦਾ ਤੁਸੀਂ ਧਿਆਨ ਵਿੱਚ ਜ਼ਰੂਰ ਰੱਖਣਾ ਨੈਕਸਟ ਆਪਾਂ ਦੇਖਦੇ ਹਾਂ ਇਹਟ ਲਿਖਿਆ ਵਿੱਚੋਂ ਕਿਹੜਾ ਕਹਾਣੀ ਸੰਗ੍ਰਹਿ ਅਜੀਤ ਸਿੰਘ ਦਾ ਹੈ ਬੁੱਤ ਸ਼ਿਕਨ ਮਹਿਕ ਦੀ ਮੌਤ ਫਾਲਤੂ ਔਰਤ ਜਾਂ ਉਪਰੋਕਤ ਸਾਰੇ ਸੋ ਗੱਲ ਕੀਤੀ ਗਿਆ ਇਹਨਾਂ ਵਿੱਚੋਂ ਕਿਹੜਾ ਕਹਾਣੀ ਸੰਗ੍ਰਹਿ ਅਜੀਤ 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 ਕੌਰ ਦਾ ਸੌਰੀ ਅਜੀਤ ਕੌਰ ਹੋਣਾ ਸੀਗਾ ਡੀ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਡੀ ਯਾਨੀ ਕਿ ਉਪਰੋਕਤ ਸਾਰੇ ਬਹੁਤੀ ਸ਼ਿਕਨ ਹੋ ਗਿਆ ਮੈਕ ਦੀ ਮੌਤ ਤੇ ਫालतੂ ਔਰਤ ਇਹ ਸਾਰੇ ਜਿਹੜੇ ਕਾਣੀ ਸੰਗ੍ਰਹਿ ਹਨ ਜੀਤ ਕੌਰ ਦੇ ਹਨ ਡੀ ਸਹੀ ਆਨਸਰ ਬਣੇਗਾ ਹੋਰ ਕਾਣੀ ਸੰਗ੍ਰਹਿ ਕਿਹੜੇ-ਕਿਹੜੇ ਹਨ ਗੁਲਬਾਨੋ ਹੋ ਗਿਆ ਸਾਵੀਆਂ ਚਿੜੀਆਂ ਮੌਤ ਅਲੀ ਬਾਬੇ ਦੀ ਨਾ ਮਾਰੋ ਆਪਣੇ ਆਪਣੇ ਜੰਗਲ ਤੇ ਨਵੰਬਰ 84 ਠੀਕ ਹੈ ਇਹ ਕੁਝ ਕਾਣੀ ਸੰਗ੍ਰਹਿ ਹਨ ਜੀਤ ਕੌਰ ਦੇ ਨੈਕਸਟ ਇਹ ਲਿਖਾਂ ਵਿੱਚੋਂ ਕਿਹੜਾ ਨਾਵਲ ਜੀਤ ਕੌਰ ਦਾ ਹੈ ਹੋਕੇ ਦੀ ਹਨੇਰੀ ਟੁੱਟੇ ਤ੍ਰਿਕੋਣ ਕਟੀਆਂ ਲਕੀਰਾਂ ਜਾਂ ਉਪਰੋਕਤ ਸਾਰੇ ਜੀਤ ਕੌਰ ਦੇ ਕੋਈ ਜਨਾਵਲ ਵੀ ਸਨ ਤਾਂ ਆਨਸਰ ਬਣੇਗਾ অপਸ਼ਨ ਨੰਬਰ ਡੀ ਯਾਨੀ ਕਿ ਉਪਰੋਕਤ ਸਾਰੇ ਇਹ ਸਾਰੇ ਜਿਹੜੇ ਆਪਣੇ ਕੋਲ ਨਾਵਲ ਹਨ ਜੀਤ ਕੌਰ ਦੇ ਹਨ ਡੀ ਬਿਲਕੁਲ ਸਹੀ ਆਨਸਰ ਬਣੇਗਾ ਨੈਕਸਟ ਹੋਰ ਰਚਨਾਵਾਂ ਕਿਹੜੀ ਕਿਹੜੀਆਂ ਤੱਕੀ ਦਾ ਪੀਰ ਹੋਗਾ ਕੱਚੇ ਰੰਗਾ ਦਾ ਸ਼ਹਿਰ ਤੇ ਕੱਚੇ ਰੰਗਾ ਦਾ ਸ਼ਹਿਰ ਲੰਡਨ ਇਹ ਕੁਝ ਇਹਨਾਂ ਦੀਆਂ ਹੋਰ ਰਚਨਾਵਾਂ ਹਨ ਵੈਸੇ ਤਾਂ ਕਾਫੀ ਰਚਨਾਵਾਂ ਬਣ ਜਾਂਦੀਆਂ ਨੇ ਬਟ ਇੱਕ ਦੋ ਵਾਰ ਤੁਸੀਂ ਜਿਹੜਾ ਚੀਜ਼ਾਂ ਨੂੰ ਰੀਡ ਕਰਨਾ ਹੈ ਤਾਂ ਜੋ ਤੁਹਾਨੂੰ ਆਸਾਨੀ ਨਾਲ ਯਾਦ ਹੋ ਸਕੇ ਨੈਕਸਟ ਕਿਹੜੀ ਰਚਨਾ ਅਜੀਤ ਕੌਰ ਦੀ ਇੱਕ ਸਫਰਨਾਮਾ ਹੈ ਸੋ ਗੱਲ ਕੀਤੀ ਜਾ ਚੁੱਕੀ ਹੈ ਸਫਰਨਾਮਾ ਦੀ ਕੱਚੇ ਰੰਗਾਂ ਦੇ ਸ਼ਹਿਰ ਲੰਡਨ ਟੁੱਟੇ ਤਰੀਕੋ ਤੱਕੀ ਦਾ ਪੀਰ ਚਾ ਖਾਨਾ ਬਦੋਸ਼ ਸੋ ਸਫਰਨਾਮਾ ਦੀ ਗੱਲ ਕੀਤੀ ਗਈ ਆ ਆਨਸਰ ਬਣੇਗਾ ਆਪਸ਼ਨ ਨੰਬਰ ਏ ਯਾਨੀ ਕਿ ਕੱਚੇ ਆਪਣੇ ਕੋਲ ਕੱਚੇ ਰੰਗਾਂ ਦਾ ਸ਼ਹਿਰ ਲੰਡਨ ਤਾਂ ਇਹ ਜਿਹੜੀ ਰਚਨਾ ਇਹ ਇੱਕ ਸਫਰਨਾਮਾ ਹੈ ਇਹ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਏ ਸਫਰਨਾਮਾ ਨੈਕਸਟ ਅਪਾ ਦੇਖਦੇ ਆ ਅਜੀਤ ਕੌਰ ਦੀ ਕਿਹੜੀ ਕਹਾਣੀ ਦਰਬਾਰ ਸਾਹਿਬ ਉੱਪਰ ਹੋਏ ਹਮਲੇ ਨੂੰ ਬਿਆਨ ਕਰਦੀ ਹੈ ਠੀਕ ਹੈ ਦਰਬਾਰ ਸਾਹਿਬ ਉੱਪਰ ਹਮਲੇ ਤੋਂ ਬਾਅਦ ਜਿਹੜਾ ਆਪਣੇ ਕੋਲ ਸਿਕਾਤ ਰਿਸ਼ਜਾ ਉਹ ਉਹਨੂੰ ਬਿਆਨ ਕਰਦੀ ਹੈ ਅੱਕ ਦੇ ਫੁੱਲ ਫालतੂ ਔਰਤ ਨਵੰਬਰ 84 ਜਾਂ ਦਾਦ ਦੇਣ ਵਾਲੇ ਤਾਂ ਆਨਸਰ ਬਣੇਗਾ অপਸ਼ਨ ਨੰਬਰ ਸੀ ਯਾਨੀ ਕਿ ਨਵੰਬਰ 84 ਨਵੰਬਰ 84 ਜਿਹੜੀ ਕਹਾਣੀ ਹੈ ਅਜੀਤ ਕੌਰ ਦੀ ਇਹ ਦਰਬਾਰ ਸਾਹਿਬ ਉੱਪਰ ਹੋਏ ਹਮਲੇ ਨੂੰ ਬਿਆਨ ਕਰਦੀ ਹੈ ਸੀ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਸੋ ਇਸ ਦੇ ਨਾਲ ਹੀ ਅੱਜ ਦੀ ਆਪਣੀ ਇਹ ਵੀਡੀਓ ਇੱਥੇ ਸਮਾਪਤ ਹੁੰਦੀ ਹੈ ਸੋ ਉਮੀਦ ਕਰਦਾ ਕਿ ਇਹ ਵੀਡੀਓ ਤੁਹਾਨੂੰ ਬਹੁਤ ਹੀ ਜ਼ਿਆਦਾ ਹੈਲਪਫ ਲੱਗੀ ਹੋਵੇਗੀ ਸੋ ਪਲੀਜ਼ ਇੱਕ ਵਾਰ ਵੀਡੀਓ ਨੂੰ ਤੁਸੀਂ ਵਾਟ ਤੋਂ ਵਾਟ ਸ਼ੇਅਰ ਜ਼ਰੂਰ ਕਰਕੇ ਜਾਣਾ ਐਂਡ ਜਿਹੜੇ ਵਿਦਿਆਰਥੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਪਲੀਜ਼ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰਨਾ ਹੈ ਅਤੇ ਨਾਲ ਹੀ ਬੈਲ ਆਈਕਨ ਤੇ ਪ੍ਰੈਸ ਕਰਕੇ 올 ਬਟਨ ਤੇ ਵੀ ਜ਼ਰੂਰ ਕਲਿੱਕ ਕਰ ਲੈਣਾ ਤਾਂ ਜੋ ਅੱਗੇ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟਾਈਮ ਮਿਲਦਾ ਰਹੇ ਬਾਕੀ ਜੇਕਰ ਤੁਸੀਂ ਪੀਡੀਐਫ ਲੈਣਾ ਚਾਹੁੰਦੇ ਹੋ ਤਾਂ ਵਟਸਐਪ ਗਰੁੱਪ ਨੂੰ ਤੁਸੀਂ ਜ਼ਰੂਰ ਜੁਆਇਨ ਕਰਨਾ ਉੱਥੇ ਤੁਹਾਨੂੰ ਇਸਦੀ ਪੀਡੀਐਫ ਵੀ ਪ੍ਰੋਵਾਈਡ ਕਰਵਾ ਦਿੱਤੀ ਜਾਵੇਗੀ ਅੱਜ ਆਪਣਾ ਡੇ 5 ਸੀਗਾ ਲਗਭਗ ਆਪਣੀਆਂ ਟੋਟਲ ਜਿਹੜੀਆਂ ਹਨ 20 20 ਤੋਂ 25 ਜਿਹੜੀਆਂ ਕਲਾਸਾਂ ਬਣ ਗਈਆਂ ਠੀਕ ਹੈ ਆਪਣੇ ਸਾਹਿਤ ਦੇ ਨਾਲ ਜੋ ਆਪਣੇ ਪੰਜਾਬ ਦੇ ਇਤਿਹਾਸ ਦੇ ਨਾਲ ਬਾਕੀ ਆਪਾਂ ਵਿਆਕਰਨ ਦੀ ਇੱਕ ਵੀਡੀਓ ਅਪਲੋਡ ਕਰਾਂਗੇ 2.5 ਘੰਟੇ ਦੀ ਉਹਦੇ ਵਿੱਚ ਸਾਰੀ ਜਿਹੜੀ ਵਿਆਕਰਨ ਹੈ ਉਹ ਤੁਹਾਨੂੰ ਕੰਪਲੀਟ ਕਰਵਾ ਦਿੱਤੀ ਜਾਵੇਗੀ ਐਨਾ ਜੇਕਰ ਤੁਸੀਂ ਡਾਟਾ ਕਵਰ ਕਰ ਲੈਂਦੇ ਹੋ ਤਾਂ ਲਗਭਗ ਤੁਹਾਨੂੰ 80 ਪਲੱਸ ਨੰਬਰਾਂ ਦਾ ਕੰਮ ਆਪਣੇ ਕਰਾਏ ਵਿੱਚੋਂ ਹੀ ਮਿਲ ਜਾਵੇਗਾ ਪੇਪਰ ਦੇ ਵਿੱਚ ਠੀਕ ਹੈ 100% ਆਪਾਂ ਨਹੀਂ ਕਹਿੰਦੇ 80 ਪਲੱਸ ਨੰਬਰਾਂ ਦਾ ਕੰਮ ਤੁਹਾਨੂੰ ਆਪਣੇ ਕਰਾਏ ਵਿੱਚੋਂ ਮਿਲ ਜਾਵੇਗਾ ਬਾਕੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਐਡ ਜੇਕਰ ਹੈਲਪਫ ਲੱਗੀ ਤਾਂ ਜਿੰਨੇ ਵੀ ਤੁਹਾਡੇ ਫਰੈਂਡਸ ਹਨ ਤਾਂ ਉਹਨਾਂ ਨੂੰ ਵੀ ਤੁਸੀਂ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰਨਾ ਹੈ ਠੀਕ ਹੈ ਜਿੰਨੇ ਵੀ ਤੁਹਾਡੇ ਕੋਲ WhatsApp ਗਰੁੱਪ ਹਨ Telegram ਗਰੁੱਪ ਹਨ ਸਟੱਡੀ ਦੇ ਰਿਗਾਰਡਿੰਗ ਤਾਂ ਉਹਨਾਂ ਵਿੱਚ ਵੀ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਹੈ ਕਿਉਂਕਿ ਤੁਹਾਨੂੰ ਹੀ ਪਤਾ ਹੈ ਵੀਡੀਓ ਨੂੰ ਬਣਾਉਣ ਤੇ ਬਹੁਤ ਹੀ ਜ਼ਿਆਦਾ ਮਿਹਨਤ ਲੱਗਦੀ ਹੈ ਇਸ ਕਰਕੇ ਵੀਡੀਓ ਨੂੰ ਤੁਸੀਂ ਵਾਤ ਵਾਤ ਸ਼ੇਅਰ ਵੀ ਜ਼ਰੂਰ ਕਰਕੇ ਜਾਣਾ ਸੋ ਇਸ ਦੇ ਨਾਲ ਹੀ ਅੱਜ ਦੀ ਆਪਾਂ ਇਸ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਹਾਂ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ